ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਪੰਜਾਬ ਅੰਦਰ ਆਏ ਦਿਨ ਗੈਂਗਸਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਨੇ। ਬੀਤੀ ਰਾਤ ਬਰਨਾਲਾ ਦੇ ਭਗਤਪੁਰਾ ਦੇ ਇੱਕ ਅਕਾਲੀ ਨੇਤਾ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਕਾਲੀ ਨੇਤਾ ਭਗਵਾਨ ਸਿੰਘ ਜੋ ਕਿ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਨੇ ਆਪਣੇ ਪਿੰਡ ਮੋਟਰਸਾਈਕਲ ਤੇ ਵਾਪਸ ਜਾ ਰਹੇ ਸੀ ਤਾਂ ਕਾਰ ਸਵਾਰ 4 ਵਿਅਕਤੀਆਂ ਨੇ ਉਸ ਦਾ ਪਿੱਛਾ ਕਰਕੇ ਉਹਨਾਂ ਤੇ ਬੰਦੂਕ ਨਾਲ ਫਾਇਰ ਕਰ ਦਿੱਤਾ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਰਨਾਲਾ ਦੇ ਹਸਪਤਾਲ ਤੋਂ ਪਟਿਆਲਾ ਰੈਫਰ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ 4 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਭਗਵਾਨ ਸਿੰਘ ਵਾਸੀ ਭਗਤਪੁਰਾ ਮੋੜ ਜਿਹੜਾ ਸਾਡੇ ਥਾਣਾ ਸੈਣਾ 'ਚ ਪੈਂਦਾ ਅਤੇ ਇਹ ਕੱਲ੍ਹ ਰਾਤੀ ਦਮਦਮਾ ਸਾਹਿਬ ਮੱਥਾ ਟੇਕਣ ਗਏ ਸੀਗੇ ਅਤੇ ਉੱਥੋਂ ਜਦੋਂ ਵਾਪਸ ਆ ਰਹੇ ਸੀਗੇ ਅਤੇ ਇਹਨਾਂ ਦੇ ਪਿੱਛੇ ਕੋਈ ਚਿੱਟੀ ਰੰਗ ਦੀ ਕਾਰ ਲੰਘ ਗਈ ਅਤੇ ਉਹਨੇ ਬਾਅਦ 'ਚ ਕ੍ਰੋਸ ਕਰਦੇ ਟਾਈਮ ਅਤੇ ਇਹਨਾਂ ਉੱਤੇ 12 ਬੋਰ ਤੋਂ ਫਾਇਰ ਕੀਤਾ ਅਤੇ 4 ਅਣਪਛਾਣੇ ਵਿਅਕਤੀ ਸੀਗੇ ਜੋ ਮੌਕੇ ਤੋਂ ਬਾਅਦ 'ਚ ਫਰਾਰ ਹੋ ਗਏ ਅਤੇ ਭਗਵਾਨ ਸਿੰਘ ਨੂੰ ਹੋਸਪਿਟਲ ਰੈਫਰ ਕੀਤਾ ਗਿਆ ਉੱਥੇ ਅਤੇ ਉਹਨਾਂ ਦੇ ਅਗੇਂਸਟ FIR ਨੰਬਰ 76 ਜਿਹੜੀ ਅੰਡਰ ਸੈਕਸ਼ਨ 307(34) IPC ਅਤੇ ਆਰਮ ਐਕਟ ਦੇ ਤਹਿਤ ਮੁਕਦਮ ਦਰਜ ਕੀਤਾ ਗਿਆ। ਬਠਿੰਡਾ ਦੇ ਖੇਡ ਸਟੇਡੀਅਮ ਵਿੱਚ 3 ਦਿਨਾਂ ਦਾ ਵਿਰਾਸਤ ਮੇਲਾ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਪੰਜਾਬ ਦੇ ਵਿਰਾਸਤ ਅਤੇ ਇਤਿਹਾਸ ਦੀਆਂ ਕਈ ਝਲਕੀਆਂ ਦੀ ਪੇਸ਼ ਕੀਤੀਆਂ ਗਈਆਂ। ਇੱਥੇ ਦੂਰ ਦੂਰ ਤੋਂ ਲੋਕਾਂ ਦੇ ਵੱਲੋਂ ਕਈ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਅਤੇ ਉੱਧਰ ਸ਼ਹਿਰ ਵਾਸੀ ਇਸ ਮੇਲੇ ਦਾ ਪੂਰਾ ਆਨੰਦ ਮਾਣ ਰਹੇ ਨੇ। ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਹਰ ਸਾਲ ਲੱਗਣੇ ਚਾਹੀਦੇ ਹਨ ਤਾਂ ਕਿ ਨਵੀਂ ਪੀੜ੍ਹੀ ਆਪਣੇ ਪੁਰਾਣੇ ਕਲਚਰ ਨਾਲ ਜੁੜੀ ਰਹੇ। ਮੰਗਲ ਖਾਨ, ਕੀ ਲੈ ਕੇ ਕੀ ਆਏ ਅੱਜ? ਤੁਹਾਡੀ ਕੀ ਪ੍ਰਦਰਸ਼ਨੀ ਇੱਥੇ? ਬੱਕਰੇ ਹੈ, ਮੁਰਗੇ, ਤੁਰਕੀ ਬੰਦਰ ਹੈ, ਕਬੂਤਰ ਹੈ। ਇਹ ਬੱਕਰੇ ਕਿਹੜੀ ਨਸਲ ਦੇ? ਤੋਤਾਪੁਰੀ। ਇਹ ਤੁਹਾਡੇ ਕੋਲ ਹੀ ਹੈ ਬਠਿੰਡੇ? ਹਾਂ, ਇਹ ਪੰਜਾਬ 'ਚ ਮੇਰੇ ਕੋਲ ਹੀ ਹੈ ਪੂਰੇ। ਸਰ, ਪਰਮਜੀਤ ਕੌਰ, ਕੀ ਕਹਿਣਾ ਚਾਹੋਗੇ ਮੇਲੇ ਬਾਰੇ? ਸਰ, ਮੇਲਾ ਬਹੁਤ ਵਧੀਆ ਲੱਗਿਆ, ਤੁਹਾਡਾ ਵੀ ਬਹੁਤ ਧੰਨਵਾਦ। ਇਹ ਸਾਨੂੰ ਵਿਰਾਸਤ ਮੇਲਾ ਬਹੁਤ ਵਧੀਆ, ਮਤਲਬ ਬਹੁਤ ਜ਼ਿਆਦਾ ਵਧੀਆ ਲੱਗਿਆ। ਪੇਂਡੂ ਕਲਚਰ ਦੇਖਣ ਨੂੰ ਮਿਲਿਆ, ਚੁੱਲ੍ਹੇ ਵਗੈਰਾ ਸਾਰੇ ਚਾਦਰਾਂ ਕੱਢ ਰਹੀਆਂ, ਸਾਰਾ ਆਪਣਾ ਮਤਲਬ ਪੁਰਾਣਾ ਵਿਰਸਾ ਯਾਦ ਆ ਗਿਆ ਸਾਨੂੰ ਅਤੇ ਬਹੁਤ ਹੀ ਵਧੀਆ ਲੱਗਿਆ। ਅਸੀਂ ਆਏ ਹਾਂ ਮਹਿਰਾਜ ਪਿੰਡ ਬਾਬਾ ਕਾਲਾ ਪਬਲਿਕ ਹਾਈ ਸਕੂਲ ਤੋਂ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 90 ਸਾਲ ਦੀ ਉਮਰ ਵਿੱਚ ਵੀ ਆਪਣੇ ਹਲਕੇ ਲੰਬੀ ਦੇ ਲੋਕਾਂ ਦੇ ਘਰ ਘਰ ਜਾ ਕੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਨਹੀਂ ਭੁੱਲਦੇ। ਇਸ ਦੇ ਚੱਲਦੇ ਬਾਦਲ ਹਲਕੇ ਦੇ ਪਿੰਡਾਂ ਵਿੱਚ ਪਿਛਲੇ ਸਮੇਂ ਤੋਂ ਹੋਈ ਮੌਤਾਂ ਅਤੇ ਬਿਮਾਰੀ ਦਾ ਸ਼ਿਕਾਰ ਹੋਏ ਲੋਕਾਂ ਦਾ ਹਾਲ ਚਾਲ ਜਾਣਨ ਲਈ ਪਹੁੰਚੇ। ਇਸ ਦੌਰਾਨ ਪਿੰਡ ਖੁੜੀਆ ਦੇ ਦਾਰਾ ਸਿੰਘ ਨੂੰ ਅੱਗ ਲੱਗ ਕੇ ਸੜ ਜਾਣ ਤੇ ਉਸਦਾ ਆਪਣੇ ਤੌਰ ਤੇ ਮੁਫਤ ਇਲਾਜ ਕਰਵਾਉਣ ਦਾ ਐਲਾਨ ਕੀਤਾ ਅਤੇ ਡਾਕਟਰਾਂ ਨੂੰ ਉਸਦਾ ਤੁਰੰਤ ਇਲਾਜ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਾਦਲ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਗੁਜਰਾਤ ਚੋਣਾਂ ਵਿੱਚ BJP ਪਾਰਟੀ ਜਿੱਤੇਗੀ ਕਿਉਂਕਿ ਇਸ ਦੇ ਮੁਕਾਬਲੇ ਵਿੱਚ ਹੋਰ ਕੋਈ ਪਾਰਟੀ ਨਹੀਂ ਹੈ। ਉਹ ਤਾਂ ਪਤਾ ਹੀ ਸੀ, ਪਹਿਲਾਂ ਹੀ ਪਤਾ ਸੀ ਵੀ ਦੋਵੇਂ ਥਾਂ ਹੀ ਜਿੱਤਣਗੇ, ਕਿਉਂਕਿ ਹੋਰ ਤਾਂ ਕੋਈ ਮੁਕਾਬਲੇ 'ਚ ਪਾਰਟੀ ਹੈ ਨਹੀਂ, ਨਾ ਕੋਈ ਲੀਡਰ ਹੈ ਮੋਦੀ ਸਾਹਿਬ ਦੇ ਮੁਕਾਬਲੇ ਦਾ, ਨਾ ਕੋਈ ਪਾਰਟੀ ਹੈ। ਇਸ ਕਰਕੇ ਇਹ ਤਾਂ ਪਤਾ ਹੀ ਸਾਰਿਆਂ ਨੂੰ ਕਿ ਮੋਦੀ ਸਾਹਿਬ ਦੀ ਪਾਰਟੀ BJP। ਪੰਜਾਬ ਦੇ ਵਿੱਚ ਲਾ ਡਰ ਦੀ ਗੱਲ ਕਰੀਏ, ਰੋਜ਼ ਹਮਲੇ ਹੋ ਰਹੇ, ਗੈਂਗਸਟਰ ਵੱਧਦੇ ਜਾ ਰਹੇ ਗਏ, ਅਤੇ ਦੇਖੋ ਪੰਜਾਬ 'ਚ ਅੱਜ ਇਹ ਜਿਹਾ ਹੈ ਹੀ ਨਹੀਂ ਕਿ ਕੋਈ ਹਕੂਮਤ ਹੋਵੇ ਜਾਂ ਕਿਸੇ ਨੂੰ ਫਿਕਰ ਹੋਵੇ। ਦੇਖੋ ਇਹ ਸਟੇਟ ਦਾ ਕੰਮ ਚਲਾਉਣਾ, 24 ਘੰਟੇ ਨਿਗਰਾਨੀ ਕਰ ਰੱਖਣੀ ਪੈਂਦੀ ਹੈ, ਚੀਫ ਮਿਨਿਸਟਰ ਨੂੰ ਇੱਕ ਇੱਕ ਛੋਟੀ ਛੋਟੀ ਗੱਲ 'ਤੇ ਧਿਆਨ ਦੇਣਾ ਪੈਂਦਾ ਅਤੇ ਇਹ ਸਰਕਾਰ ਤਾਂ ਧਿਆਨ ਹੀ ਨਹੀਂ ਦਿੰਦੀ, 2 ਘੰਟੇ ਵੀ ਨਹੀਂ ਟਾਈਮ ਦਿੰਦੀ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ, ਪਰ ਹੁਣ 12 ਦੇ ਵਿੱਚ ਧਰਨੇ ਦੇ ਕੇ ਕਰਜ਼ੇ ਨੂੰ ਵਸੂਲੀ ਕੀਤੀ ਜਾ ਰਹੀ ਹੈ। ਜਬਰੀ ਵਸੂਲੀ ਜਾ ਰਹੀ। ਦੇਖੋ ਅੱਗੇ ਵੀ ਲੋਕ ਐਵੇਂ ਉਹਨਾਂ ਦੇ ਵਰਗਲਾਏ 'ਚ ਆ ਗਏ ਅਤੇ ਕਰਜ਼ੇ ਮਾਫ਼ ਕਰਾਂਗੇ, ਸਾਡੇ ਮੁੰਡਿਆਂ ਨੂੰ ਮੁਲਾਜ਼ਮ ਦੇਵਾਂਗੇ, ਇਹ ਜਿਹੀਆਂ ਗੱਲਾਂ, ਚਾਹ ਵੀ ਦੇਵਾਂਗੇ, ਖੰਡ ਵੀ ਦੇ ਪੱਤੇ। ਇਹ ਫਰਾਡ ਸੀ, ਲੋਕ ਉਸ ਫਰਾਡ 'ਚ ਆ ਗਏ, ਹੁਣ ਭੁਗਤ ਰਹੇ ਨੇ। ਮੇਰੇ ਡੈਡੀ ਨੂੰ ਦਿਵਾਲੀ ਵਾਲੇ ਦਿਨ ਮੋਟਰਸਾਈਕਲ ਨੂੰ ਅੱਗ ਲੱਗ ਗਈ ਸੀ ਜੀ, ਲੰਬੀ ਰੋਡ 'ਤੇ, ਅਤੇ ਉਹਨਾਂ ਦਾ ਦੇਸ਼ ਹੋਸਪਿਟਲ 'ਚ ਇਲਾਜ ਕਰਵਾਇਆ ਗਿਆ ਸੀ, ਕਾਫੀ ਠੀਕ ਨਹੀਂ ਹੋਇਆ ਸੀ, ਚੰਗਾ ਇਲਾਜ ਨਹੀਂ ਹੋਇਆ ਸੀਗਾ, ਫਿਰ ਵੀ ਅਜੇ ਇਲਾਜ ਉਹਨਾਂ ਦਾ ਕਾਫੀ ਪਿਆ ਹਜੇ। ਤਾਂ ਬਾਦਲ ਸਾਹਿਬ ਉਹਨਾਂ ਨੂੰ ਦੇਖਣ ਆਏ ਸੀ ਸਾਡੇ ਘਰ, ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਜਿਹੜਾ ਵੀ ਜੋ ਵੀ ਖਰਚਾ ਹੋਏਗਾ ਇਹਨਾਂ 'ਤੇ ਉਹ ਅਸੀਂ ਆਪੇ ਕਰਾਂਗੇ, ਅਤੇ ਤੁਸੀਂ ਇਹਨਾਂ ਨੂੰ ਬਾਦਲ ਹੋਸਪਿਟਲ ਸਿਵਲ 'ਚ ਦਾਖਲ ਕਰੋ।
ਬੀਤੀ 3 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਔਰਤਾਂ ਦੇ ਵਿੰਗ ਦੀ ਪੰਜਾਬ ਦੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਦੀ ਹੋਈ ਮਾਰਕੁੱਟ ਅਤੇ ਉਸਦੇ ਬਾਅਦ ਵੀਡੀਓ ਵਾਇਰਲ ਹੋਣ ਕਰਕੇ ਇਸ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਰਕੁੱਟ ਕਰਨ ਅਤੇ ਵੀਡੀਓ ਵਾਇਰਲ ਕਰਨ ਵਾਲੇ ਦੋਸ਼ੀਆਂ ਨੂੰ ਪ੍ਰੈਸ ਦੇ ਸਾਹਮਣੇ ਪੇਸ਼ ਕੀਤਾ ਗਿਆ, ਪਰ ਦੋਸ਼ੀਆਂ ਨੇ ਪ੍ਰੈਸ ਦੇ ਸਾਹਮਣੇ ਗੱਲ ਕਰਨ ਤੋਂ ਮਨਾ ਕਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਇਨੀਸ਼ਲੀ ਜਿਹੜਾ ਕੇਸ ਸੀ ਇਹ ਸੈਕਸ਼ਨ 325, 354, 353 ਬੀ ਵਗੈਰਾ ਦਰਜ ਹੋਇਆ ਸੀ ਅਤੇ ਬਾਅਦ ਦੇ ਵਿੱਚ ਇਸ ਸੈਕਟ ਦੇ ਵਿੱਚ ਅਸੀਂ ਆਈ ਟੀ ਐਕਟ ਲਾਇਆ, ਐਸ ਟੀ ਐਕਟ ਲਾਇਆ, ਇਸ 'ਚ 295 ਐਡ ਕੀਤੀ ਹੈ, 307 ਆਈ ਪੀ ਸੀ ਅਸੀਂ ਐਡ ਕੀਤੀ ਇਹਦੇ ਵਿੱਚ। ਇਹਦੇ ਵਿੱਚ ਦੇਖੋ ਜੀ, ਇੱਕ ਤਾਂ 7 ਮੁਲਜ਼ਮ ਸੀ, 7 ਅਸੀਂ ਗ੍ਰਿਫਤਾਰ ਕਰ ਲਏ ਨੇ। ਜਿਹੜੀ ਕਾਰ ਸੀ ਜਿਸ 'ਚ ਆਏ ਸੀ ਉਹ ਕਾਰ ਵੀ ਅਸੀਂ ਬਰਾਮਦ ਕਰ ਲਈ ਹੈ ਅਤੇ ਸਾਰੇ ਦੋਸ਼ੀ ਅਰੈਸਟ ਹੋ ਗਏ ਨੇ। ਬਠਿੰਡਾ ਦੇ ਰਾਮਪੁਰਾ ਫੂਲ ਵਿੱਚ ਜੂਨ ਵਿੱਚ ਸ਼ੱਕ ਦੀ ਹਾਲਤ ਵਿੱਚ ਲਾਪਤਾ ਰਾਮਪੁਰਾ ਫੂਲ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ। ਜ਼ਿਕਰਯੋਗ ਹੈ ਕਿ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਦੀ 4 ਨੌਜਵਾਨਾਂ ਨੇ ਮਿਲ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਸਰਹੰਦ ਨਹਿਰ ਵਿੱਚ ਸੁੱਟ ਦਿੱਤਾ। ਹਾਲਾਂਕਿ ਲਾਸ਼ ਅਜੇ ਬਰਾਮਦ ਤਾਂ ਨਹੀਂ ਹੋਈ, ਪਰ ਹੱਤਿਆ ਕਰਨ ਵਾਲੇ 3 ਨੌਜਵਾਨਾਂ ਨੂੰ CIA ਸਟਾਫ 1 ਦੀ ਟੀਮ ਨੇ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੇ ਫੜੇ ਗਏ ਦੋਸ਼ੀਆਂ ਕੋਲੋਂ ਮ੍ਰਿਤਕ ਦਾ ਆਧਾਰ ਕਾਰਡ ਅਤੇ ਹੋਰ ਸਮਾਨ ਵੀ ਬਰਾਮਦ ਕਰ ਲਿਆ। ਇਹ 25/6/2017 'ਚ ਰਾਮਪੁਰਾ ਸਿਟੀ 'ਚੋਂ ਇੱਕ ਮੁੰਡਾ ਅਮਨਦੀਪ ਨਾਮ ਦਾ ਮੁੰਡਾ ਗੁੰਮ ਹੋ ਗਿਆ ਸੀ। ਉਹਨਾਂ ਦੇ ਵਾਰਸਾਂ ਨੇ ਫਿਰ 29/6/2017 ਨੂੰ FIR ਦਰਜ ਕਰਵਾਈ ਸੀ ਸਿਟੀ ਰਾਮਪੁਰਾ ਕਿ ਉਹਨਾਂ ਦੇ ਬੱਚੇ ਨੂੰ ਕੋਈ ਰੰਜਿਸ਼ ਤਹਿਤ ਕਿਡਨੈਪ ਕਰਕੇ ਲੈ ਗਿਆ। ਪਰਚਾ ਦਰਜ ਹੋ ਗਿਆ ਸੀ, ਉਸ ਤੋਂ ਬਾਅਦ ਫਿਰ ਇਹਦੀ ਤਲਾਸ਼ ਕਰਦੇ ਰਹੇ ਉਸ ਵਕਤ ਦੇ SHO ਵਗੈਰਾ ਜਾਂ ਉੱਥੋਂ ਦੀ ਪੁਲਿਸ। ਫਿਰ ਇਹ ਮਾਮਲਾ 28/10 ਨੂੰ ਸਾਡੇ CA ਸਟਾਫ ਨੂੰ ਦਿੱਤਾ ਗਿਆ SSP ਸਾਹਿਬ ਵੱਲੋਂ। ਫਿਰ ਅਸੀਂ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਫਿਰ ਇਹ 4 ਬੰਦੇ ਸਾਹਮਣੇ ਆਏ, ਅਮਨਦੀਪ ਜੰਮੂ, ਲਵੀ, ਜਿੰਦਰ ਘੁੱਗੀ ਅਤੇ ਬਿੰਟੂ ਬੋਰੀਆ। ਇਹ ਚਾਰੇ ਦੋਸਤ ਨੇ। ਜਿਹੜਾ ਅਮਨਦੀਪ ਜੰਮੂ, ਇਹਨੂੰ ਸ਼ੱਕ ਸੀ ਵੀ ਸ਼ਾਇਦ ਵੀ ਜਿਹੜਾ ਮਰਨ ਵਾਲਾ ਅਮਨਦੀਪ ਆ ਇਹਦੇ ਉਹਦੀ ਭਰਜਾਈ ਨਾਲ ਸੰਬੰਧ ਨੇ। ਇਹਨੇ ਇੱਕ ਦੋ ਵਾਰੀ ਕਹਿੰਦਾ ਰੋਕਿਆ ਵੀ ਉਹਨੂੰ, ਪਰ ਨਾ ਮੰਨਿਆ। ਫਿਰ ਇਹਨਾਂ ਨੇ ਮੌਕਾ ਵੇਖ ਕੇ ਸਕੀਮ ਬਣਾ ਲਈ ਵੀ ਇਹਨੂੰ ਇਹਦਾ ਕੰਡਾ ਹੀ ਕੱਢਣਾ। ਅਤੇ ਫਿਰ 25/6/2017 ਨੂੰ ਜਦੋਂ ਉਹ 8 ਵਜੇ ਹਾਤੇ 'ਤੇ ਆਇਆ, ਇਹ ਜੰਮੂ ਉਹਦੇ ਨਾਲ ਦਰਦੂਰ ਪੀਣਾ ਪਿਆ ਅਮਨਦੀਪ ਜੰਮੂ। ਫਿਰ ਇਹ ਲੈ ਕੇ ਉਹਨੂੰ ਸਿਧਾਣਾ ਨਹਿਰ 'ਤੇ ਚਲੇ ਗਏ। ਪਿੱਛੇ ਉਹ 3 ਆ ਗਏ, ਬਿੰਟੂ ਬੋਰੀਆ ਤੇ ਜਿੰਦਰ ਘੁੱਗੀ ਤੇ ਲਵੀ ਮੋਟਰਸਾਈਕਲ ਤੇ ਚਲੇ ਗਏ। ਜਾਂਦਿਆਂ ਦੇ ਇੱਕ ਨਜ਼ਰ ਅੱਜ ਦੀਆਂ ਅਹਿਮ ਸੁਰਖੀਆਂ ਤੇ। ਵੋਟਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਨੇ ਕਸੀ ਕਮਰ ਪੋਲਿੰਗ ਬੂਥਾਂ ਤੇ ਸੁਰੱਖਿਆ ਨੂੰ ਲੈ ਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕੀਤੀ ਗੱਲਬਾਤ। ਗਊਆਂ ਦੇ ਝੁੰਡ ਨੂੰ ਲਿਜਾ ਰਹੇ ਬਾਬਾ ਪਾਲ ਸਿੰਘ ਤੇ ਫਾਇਰਿੰਗ ਕਰਕੇ ਇੱਕ ਸੇਵਾਦਾਰ ਨੂੰ ਕੀਤਾ ਜ਼ਖਮੀ, ਥਾਣਾ ਕੋਤਵਾਲੀ ਵਿੱਚ ਮਾਮਲਾ ਦਰਜ ਕਰਕੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ। ਬਠਿੰਡਾ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਕਾਰ ਚੱਲੀ ਮੁੱਠਭੇੜ, 5 ਗੈਂਗਸਟਰਾਂ ਵਿੱਚੋਂ 3 ਗੈਂਗਸਟਰ ਹੋਏ ਜ਼ਖਮੀ, 2 ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ। ਫਿਲਹਾਲ ਬੁਲੇਟਿਨ ਵਿੱਚ ਇੰਨਾ ਹੀ, ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ। ਅਦੋਂ ਤੱਕ ਲਈ ਮੈਨੂੰ ਰਚਨਾ ਸ਼ਰਮਾ ਨੂੰ ਦਿਓ ਇਜਾਜ਼ਤ। ਧੰਨਵਾਦ।